جی سارے نال موجود نے قومی کرکٹ ٹیم دے سابق کپتان محمد حفیظ اور ہی اور انہوں کو پوچھنے ہاں کہ کنے کی فٹ نے تے کنے کی ارادے نے کیونکہ مچھاں نوں تاں نہ دے لیا تے پوچھنے انہوں کو جناب پہلے تو یہ سناؤ تہاڈی صحت طبیعت کیسی اور انگلینڈ کے خلاف ون ڈے ٹی ٹوینٹی کھیلنے واسطے اویلیبل ہو گئے جی سب تو پہلے تو بہت بہت شکریہ پنجابی بلوان دا جی بالکل دوسرا گل ہے کہ میں فلی فٹ ہاں میرا ریہیب جڑا ایک پروسیس ہوندا وہ میں گزر رہا ہوں اپنی ٹریننگ کر رہے ہیں اپنی فیلڈنگ کر رہے ہیں ان ویک ٹائم انشاءاللہ میں بالکل اویلیبل ہوا گا پاکستان ٹیم لئی تے بہت جلدی میں چاہنا اس سے بھی جلدی کہ میں ریکور کراں تے میں پاکستان ٹیم لئی اویلیبل ہوا کیونکہ انجری دے وچ جڑا ٹائم گزرتا بڑا مشکل ہوتا ਤੁਸੀਂ ਸਟਾਈਲ ਬਦਲਦੇ ਰਹਿੰਦੇ ਹੋ ਇਹ ਮੁੱਛਾਂ ਜਿਹੜੀਆਂ ਨੇ ਕਿਹਨੂੰ ਵੇਖ ਕੇ ਇੰਸਪਾਇਰ ਹੋ ਕੇ ਮੁੱਛਾਂ ਇਹ ਰੱਖੀਆਂ ਨੇ ਇੰਜੀ ਮੈਂ ਦਿਲ ਕੀਤਾ ਮੈਂ ਕਿਹਾ ਥੋੜ੍ਹਾ ਜਿਹਾ ਚੇਂਜ ਕਰੀ ਅਤੇ ਵੱਡੇ ਕਪਤਾਨ ਇਮਰਾਨ ਖਾਨ ਔਰ ਨਾਲ ਮੁਲਾਕਾਤ ਹੋਈ ਕੀ ਮੋਟੀਵੇਸ਼ਨ ਲੈ ਕੇ ਆਏ ਹੋ ਕੀ ਇੰਸਪਾਇਰੇਸ਼ਨ ਲੈ ਕੇ ਆਏ ਹੋ ਜੀ ਆਈ ਥਿੰਕ ਇਮਰਾਨ ਬਾਈ ਹਮੇਸ਼ਾ ਤੋਂ ਮੇਰੇ ਤੋਂ ਰੋਲ ਮਾਡਲ ਨੇ ਮੇਰੇ ਲਈ ਹਮੇਸ਼ਾ ਤੋਂ ਇੰਸਪੀਰੇਸ਼ਨ ਲੈ ਨੇ ਅਤੇ ਇਸੇ ਤਰ੍ਹਾਂ ਬਾਕੀ ਸਭ ਲਈ ਵੀ ਰਹੇ ਨੇ ਅਤੇ ਉਹਨਾਂ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨਾਂ ਦੇ ਪੈਗਾਮ ਸੁਣ ਕੇ ਕਿ ਉਹ ਸਾਨੂੰ ਸਿਰਫ ਇਹ ਚਾਹੁੰਦੇ ਨੇ ਕਿ ਅਸੀਂ ਪਾਕਿਸਤਾਨ ਦੇ ਬੈਸਟ ਇੰਬੈਸਡਰ ਉੱਥੇ ਬਣ ਕੇ ਖੇਡੀਏ ਅਤੇ ਪੋਜ਼ਿਟਿਵ ਖੇਡੀਏ ਬਗੈਰ ਕਿਸੇ ਖੌਫ ਤੋਂ ਖੇਡੀਏ ਅਤੇ ਜਿੱਤਣ ਲਈ ਖੇਡੀਏ ਅਤੇ ਮੈਂ ਸਮਝਣਾ ਕਿ ਉਹਨਾਂ ਦਾ ਜਿਹੜਾ ਇੱਕ ਸਿੰਪਲ ਜਿਹਾ ਪੈਗਾਮ ਹੈ ਉਹ ਸਾਡੇ ਅੰਦਰ ਹੈ ਅਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਐਸੇ ਪੈਗਾਮ ਦੇ ਨਾਲ ਖੇਡੀਏ ਆਖਰੀ ਸਵਾਲ ਨਵੇਂ ਬੋਲਿੰਗ ਐਕਸ਼ਨ ਨਾਲ ਤੁਹਾਡੇ ਬੋਲਿੰਗ 'ਚ ਉਹ ਖਣਕ ਨਜ਼ਰ ਨਹੀਂ ਆਈ ਅਤੇ ਹੁਣ ਕੋਈ ਦੂਸਰਾ ਤੀਸਰਾ ਕੋਈ ਨਵੀਂ ਚੀਜ਼ ਇਜਾਦ ਕਰਨ ਜਾ ਰਹੇ ਹੋ ਵਰਲਡ ਕੱਪ 'ਚ ਤਾਂ ਕਿ ਤੁਸੀਂ ਵਿਕਟ ਟੇਕਿੰਗ ਹੋ ਸਕੋ ਦੇਖੋ ਮੈਂ ਹਮੇਸ਼ਾ ਇੱਕ ਦੁਬਾਰਾ ਕਰ ਲਾਂਗਾ ਮੇਰਾ ਸਵਾਲ ਇਹ ਸੀ ਕਿ ਇਹਦੇ ਨਾਲ ਕੀ ਹੈ ਤੁਸੀਂ ਇਹਦੇ ਨਾਲ ਕੀ ਹੈ ਕੋਈ ਮਜ਼ਾ ਨਹੀਂ ਆ ਰਿਹਾ ਤੁਹਾਡੀ ਆਫ ਸਪਿਨ ਬੋਲਿੰਗ ਦਾ ਨਵੇਂ ਬੋਲਿੰਗ ਐਕਸ਼ਨ ਨਾਲ ਕੋਈ ਦੂਸਰਾ ਤੀਸਰਾ ਚੌਥਾ ਜਾਂ ਕੋਈ ਘਸੀਟੀ ਕੋਈ ਚੀਜ਼ ਇਜਾਦ ਕਰਨ ਜਾ ਰਹੇ ਹੋ ਵਰਲਡ ਕੱਪ 'ਚ ਤਾਂ ਵੀ ਮੈਂ ਪਹਿਲੇ ਵੀ ਕਦੀ ਦੂਸਰਾ ਤੀਸਰਾ ਚੌਥਾ ਨਾਮ ਮਨਵਾਉਂਦਾ ਸੀ ਮੈਂ ਸਿੰਪਲ ਜੋ ਬ੍ਰੇਕ ਬੋਲਰ ਹਾਂ ਮੈਂ ਬੋਲ ਕਰਨਾ ਬੈਟਸਮੈਨ ਆਊਟ ਹੋ ਜਾਂਦਾ ਮੈਂ ਬੋਲ ਕਰਨਾ ਬੈਟਸਮੈਨ ਛੱਕਾ ਮਾਰ ਦਿੰਦਾ ਅਤੇ ਮੈਂ ਹਜੇ ਵੀ ਉਹੀ ਕਰ ਰਿਹਾ ਮੈਂ ਉਮੀਦ ਕਰਨਾ ਕਿ ਮੈਂ ਇਸ ਵਰਲਡ ਕੱਪ ਦੇ ਵਿੱਚ ਆਪਣੀ ਬੋਲਿੰਗ ਦੇ ਨਾਲ ਵੀ ਆਪਣਾ ਕਿਰਦਾਰ ਅਦਾ ਕਰਾਂਗਾ ਔਰ ਮੈਂ ਮੇਰਾ ਹਮੇਸ਼ਾ ਤੋਂ ਇੱਕ ਰੋਲ ਰਹਿੰਦਾ ਕਿ ਮੈਂ ਰਨ ਨਹੀਂ ਦੇਣੇ ਜਿੰਨੇ ਮੈਂ ਰਨਸ ਰੋਕਣਾ ਉਨਾ ਜ਼ਿਆਦਾ ਫਾਇਦਾ ਹੁੰਦਾ ਅਤੇ ਮੈਂ ਉਹਦੇ ਮੁਤਲਕ ਹੀ ਜ਼ਿਆਦਾ ਸੋਚਦਾ ਅੱਛਾ ਜ਼ਰਾ ਲੋਕਾਂ ਨੂੰ ਇੱਕ ਵਾਰੀ ਰਿਕੁਐਸਟ ਕਰ ਦਿਓ ਕਿ ਮੇਰਾ ਚੈਨਲ ਸਬਸਕ੍ਰਾਈਬ ਕਰਨ ਤਾਬੀ ਬਾਈ ਜੋ ਕਹਿ ਰਹੇ ਨੇ ਉਹ ਕਰੋ ਥੈਂਕ ਯੂ ਵੈਰੀ ਮੱਚ ਜੀ ਮੁਹੰਮਦ ਹਫੀਜ਼ ਔਰ ਉਹਨਾਂ ਦਾ ਮੇਰਾ ਪਿਆਰ ਹੈ ਨਿੱਕੇ ਹੁੰਦੇ ਦਾ ਪਿਆਰ ਹੈ ਅਫਤਾਬ ਅਹਿਮਦ ਤਾਬੀ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼ ਅਰੇ ਭਾਈ ਅੱਜ ਮੇਰੇ ਸਾਥ ਹੈ ਰਾਣਾ ਫਹੀਮ ਅਸ਼ਰਫ ਔਰ ਪਹਿਲੀ ਦਫਾ ਆਪਣੀ ਮਾਦਰੀ ਜ਼ੁਬਾਨ ਮਾ ਇੰਟਰਵਿਊ ਦੇਣਾ ਯਾਨੀ ਕਿ ਰੰਗੜੀ ਜ਼ੁਬਾਨ ਮਾ ਮੁੰਝੇ ਜੈਸ ਵੀ ਆਏਗਾ ਮਗਰ ਉਹ ਸਹੀ ਸੀ ਜਵਾਬ ਦੇਵੇਗਾ ਅਰੇ ਚੁੱਕ ਰੇ ਕੈਸਾ ਮੈਂ ਠੀਕ ਥਾਮ ਸੁਣਾਓ ਕੀ ਹਾਲ ਆ ਬਸ ਠੀਕ ਠਾਕ ਗੁਜ਼ਰ ਰਹੀ ਭਾਈ ਇਹ ਬਤਾ ਕਿ ਕਿਆ ਇਰਾਦੇ ਹੈ ਵਰਲਡ ਕੱਪ ਸਰ ਪਰ ਆਉਣ ਪਹੁੰਚਾ ਔਰ ਆਪ ਵੀ ਕੀ ਫਾਰਮ ਵੀ ਕੋਈ ਮਜ਼ੇਦਾਰ ਨਹੀਂ ਲੱਗ ਰਹੀ ਜ਼ਰਾ ਇੰਗਲੈਂਡ ਮੈਂ ਦਿਖਾਓ ਆਪਣਾ ਆਪ ਮੈਂ ਤਾਂ ਇਨਸ਼ਾਅੱਲਾ ਪ੍ਰੈਕਟਿਸ ਕਰ ਰਿਹਾ ਹੂੰ ਬਾਕੀ ਅੱਲਾ ਪਾ ਮੇਰਾ ਇਮਾਨ ਹੈਗਾ ਕਿ ਅੱਲਾ ਮੇਰੇ 'ਤੇ ਜੋ ਮੈਂ ਸੋਚ ਰਿਹਾ ਹੂੰ ਅੱਲਾ ਮੇਰੇ 'ਤੇ ਉਵੇਂ ਪਰਫੋਰਮ ਕਰਨ ਦੀ ਹਿੰਮਤ ਦੇਵੇਗਾ ਵਜ਼ੀਰ ਆਜ਼ਮ ਸੇ ਮੁਲਾਕਾਤ ਹੋਈ ਕਿਆ 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 ਮੋਟੀਵੇਸ਼ਨ ਲੈ ਕੇ ਆਏ ਕਿਆ ਉਹਨਾਂ ਨੇ ਜੋਸ਼ ਦਿਲਾਇਆ ਟੀਮ ਨੂੰ ਉਹਨਾਂ ਨੇ ਆਪਣੇ ਜੋ ਐਕਸਪੀਰੀਅੰਸ ਆ ਉਹਨਾਂ ਨੇ ਉਹੀ ਬਾਤਾਂ ਬਤਾਈਆਂ ਜਿਹੜੀ ਮਾਰੀ ਜ਼ਿੰਦਗੀ 'ਤੇ ਇਫੈਕਟ ਕਰਾਂਗੇ ਮਾਰੇ ਕ੍ਰਿਕਟ ਦੇ ਕੈਰੀਅਰ 'ਤੇ ਇਫੈਕਟ ਕਰਾਂਗੇ ਕਾਫੀ ਮੋਟੀਵੇਸ਼ਨ ਮਿਲਾ ਉਸ 'ਤੇ ਮੇਰੇ ਤੋਂ ਕਿਹਾ ਪੂਰੀ ਟੀਮ 'ਤੇ ਵਹਾਂ ਜੋ ਜੋ ਬੰਦੇ ਬੈਠੇ ਨੇ ਉਹਨਾਂ ਸਾਰ ਪਰ ਕਾਫੀ ਉਹਨਕੀ ਜੋ ਬਾਤਾਂ ਉਹ ਅਸਰ ਕਰੀ ਹੋਵਾਂਗੀਆਂ ਆਖਰੀ ਸਵਾਲ ਹੈ ਭਾਰਤ ਕੇ ਖਿਲਾਫ਼ ਕਿਸ ਖਿਲਾੜੀ ਨੂੰ ਟਾਰਗੇਟ ਕੀਆ ਵਾ ਮੈਂ ਕਿਸੇ ਇੱਕ ਤਾਂ ਟਾਰਗੇਟ ਨਹੀਂ ਕਰਦਾ ਨਾ ਕਿਸੇ ਇੱਕ ਖਿਲਾੜੀ 'ਤੇ ਨਾ ਕਿਸੇ ਟੀਮ 'ਤੇ ਹਮ ਵਰਲਡ ਕੱਪ ਖੇਲਣ ਜਾ ਰਹੇ ਹਾਂ ਬਸ ਦੁਆ ਕਰੋ ਕਿ ਪੂਰੇ ਵਰਲਡ ਕੱਪ ਅੱਛਾ ਪਰਫੋਰਮ ਕਰਾਂ ਥੈਂਕ ਯੂ ਇਹ ਇੱਥੇ ਜੀ ਰਾਣਾ ਵਸੀਮ ਫਹੀਮ ਅਸ਼ਰਫ ਬਾਤਾਂ ਸੁਣੀ ਬਾਤਾਂ ਬਹੁਤ ਵਧੀਆ ਕੀ ਉਮੀਦ ਹੈ ਆਪ ਨੂੰ ਵੀ ਪਸੰਦ ਆਏਗੀ